अगर आपने हमारे चैनल को सब्सक्राइब नहीं किया है तो इसे सब्सक्राइब कर लें। श्रोमणीय अकाली दल देहाती के प्रधान जगदीप सिंह नकी ने देहाती के अकाली दल के वर्करों के पदाधिकारी की लिस्ट जारी की। इस मौके पर 16 अकाली दल सर्कल जथेदार को नियुक्ति पत्र दिया गया और अलग अलग काम दिए गए। इस मौके पर देहाती के प्रधान ने बताया कि श्रोमणीय अकाली दल के प्रधान सुखबीर सिंह बादल के दिशा निर्देशों के तहत अकाली दल के संगठन को जल्द से जल्द पूरा करने को लेकर यह शुरुआत की गई है, जिसके चलते 16 के करीब जथेदारों को पत्र जारी किए गए। अज बठिंडा जिला के सर्कल जथेदारां की सूची जारी कर रहे हैं। ते कुछ जिहड़े रह गए वह 10-12 दिन तक जिहड़े पता जिवें जिवें सैट बैठूगा तुहानूं उवें कर देंगे। तो मैनूं आस है कि जिहड़े ये सारे सर्कल जथेदार लए ने ये वधिया एक वफादार सिपाही ने। तो सासवीर सिंह बादल साहब, प्रकाश सिंह बादल ਦੀਆਂ ਸੋਚਾਂ ਅਤੇ ਪਾਰਟੀ ਨੂੰ ਤਕੜਾ ਕਰਨਗੇ ਅਤੇ ਗਾਹਾਂ ਵਧਾਉਣਗੇ ਅਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਇਲੈਕਸ਼ਨ ਹੈ, ਚਾਹੇ ਆ ਪੰਚਾਇਤ ਸਮਿਤੀ, ਜ਼ਿਲ੍ਹਾ ਪ੍ਰੀਸ਼ਦ ਨੇ, ਚਾਹੇ ਕਿ ਪਾਰਲੀਮੈਂਟ ਹੈ, ਇਹਨਾਂ 'ਚ ਇਹਨਾਂ ਦਾ ਬਹੁਤ ਵਧੀਆ ਰੋਲ ਰਹਿਣਾ। ਅਤੇ ਮੈਂ ਵੇਖਿਆ ਕਿ ਸਾਰੇ ਹੀ ਇਹ ਪੱਕੇ ਤੌਰ 'ਤੇ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਪੂਰਨ ਤੌਰ 'ਤੇ ਜੁੜੇ ਹੋਏ ਨੇ। ਕਈ ਨਵੇਂ ਬੱਚੇ ਨੇ ਜਿਨ੍ਹਾਂ ਦੇ ਕਿ ਬਾਪ ਦਾਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆਏ। ਇਹ ਹੈ ਜੀ, ਜਾਰੀ ਕਰ ਰਹੇ ਹਾਂ 16 ਬੰਦੇ, ਕੁਛ ਆਪਣੇ ਦਿਹਾਤੀ ਦੇ ਰਹਿ ਗਏ ਅਤੇ ਕੁਛ ਹਾਲੇ ਪੁੱਛੋ ਦੇ ਰਹਿ ਗਏ ਜਿਹੜੇ ਕਿ ਅੱਜ ਨਾਲ ਹੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਪਹਿਲਾਂ ਰਹੇ ਪ੍ਰੈਸ ਸਕੱਤਰ ਉਹਨਾਂ ਨੂੰ ਦੁਬਾਰਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਜਾਂਦਾ, ਡਾਕਟਰ ਓਮ ਪ੍ਰਕਾਸ਼ ਸ਼ਰਮਾ, ਜਿਹੜੇ ਕਿ ਬਹੁਤ ਹੀ ਪੁਰਾਣੇ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਨੇ। ਅਤੇ ਅਚੇਚੇ ਤੌਰ 'ਤੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਹੋਏ ਨੇ ਕਿ ਕਾਫ਼ੀ ਲੰਬੇ ਅਰਸੇ ਤੋਂ ਹਲਕਾ ਬਠਿੰਡੇ ਰਹਿ ਰਹੇ ਨੇ, ਪਰ ਖੁਦ ਉਹ ਲੰਬੀ ਹਲਕੇ ਨੂੰ ਬਿਲੋਂਗ ਕਰਦੇ ਆ। ਪਿੰਡ ਉਹਨਾਂ ਦਾ ਮਿੰਟੂ ਖੇੜਾ ਹੈ ਜਿੱਥੇ ਕਿ ਮਿੰਟੂ ਖੇੜੇ ਦੇ ਹੈ। ਅਤੇ ਸ਼ੁਰੂ ਤੋਂ ਉਹ ਪਰਿਵਾਰ ਨਾਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਹੀ ਵਧੀਆ ਪੱਕੇ ਤਰੇ ਨਾਲ ਲੱਗੇ ਹੋਏ ਨੇ। ਹਲਕਾ ਮੈਂ ਵੀ ਕਾਫ਼ੀ ਤਕਰੀਬਨ ਪਿਛਲੇ 25-30 ਸਾਲਾਂ ਤੋਂ ਉਹਨਾਂ ਨੂੰ ਜਾਣਦਾ। ਜੇ ਮਲੂਕਾ ਸਾਹਿਬ ਜਦੋਂ ਕਰਦੇ ਸੀ ਪਹਿਲਾਂ, ਮਲੂਕਾ ਸਾਹਿਬ ਨੇ ਵੀ ਉਹਨਾਂ ਨੂੰ ਸੇਵਾ ਦਿੱਤੀ ਅਤੇ ਹੁਣ ਵੀ ਮੈਂ ਵੇਖਿਆ ਨਿਸ਼ਕਾਮ ਤੌਰ 'ਤੇ ਉਹ ਸਾਡੇ ਸੇਵਾ ਕਰ ਰਹੇ ਆ ਅਤੇ ਰਿਣੀ ਆ ਉਹਨਾਂ ਦੇ। ਅਤੇ ਇਹ ਜਿਹੜਾ ਅਹੁਦਾ ਇਹ ਕੋਈ ਖਾਸ ਗੱਲ ਨਹੀਂ, ਇਹੋ ਜਿਹੀ ਸ਼ਖਸੀਅਤ ਤਾਂ ਬੜੀ ਸਾਡੇ ਸਿਰ ਮੱਥੇ। ਥੈਂਕ ਯੂ ਸਰ। ਅਪੀਲ ਨਿਊਜ਼ ਦੇ ਲਈ ਕੈਮਰਾਮੈਨ ਕਪਿਲ ਸ਼ਰਮਾ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ ਬਚਿੰਦਰ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।